ਰਾਜ਼ੀ ਕਿ ਭਿਆਨਕ ਅੱਗ ਲੱਗੀ ਹੈ ਤਾਂ ਮਾਲ ਦੇ 5ਵੀਂ ਮੰਜ਼ਲ ਤੇ ਸਥਿਤ ਫੂਡ ਕੋਰਟ ਦੇ ਵਿੱਚ ਅੱਗ ਲੱਗੀ ਹੈ ਬਲਾਰੇ ਤਸਵੀਰਾਂ ਵੀ ਵੇਖਿਆ ਜਾ ਸਕਦੀਆਂ ਨੇ ਤੇ ਮਾਲ ਦੇ ਵਿੱਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤਾਂ ਕੋਲਕਾਤਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ਤੇ ਮੌਜੂਦ ਹੈ ਤਾਂ ਫਿਲਹਾਲ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤਾਂ ਗਨੀਮਤ ਰਹੀ ਹੈ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਕੋਲਕਾਤਾ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਲ ਦੇ ਫੂਡ ਕੋਰਟ ਦੇ ਵਿੱਚ ਅੱਗ ਲੱਗ ਗਈ ਹੈ ਫਿਲਹਾਲ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਲੱਗੇ ਤਸਵੀਰਾਂ ਵੀ ਵੇਖਿਆ ਜਾ ਸਕਦੀਆਂ ਨੇ ਤਾਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ਤੇ ਮੌਜੂਦ ਹੈ ਤਾਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਤਾਂ ਕੋਲਕਾਤਾ ਤੋਂ ਹੁਣ ਮਾਮਲਾ ਸਾਹਮਣੇ ਆਇਆ ਜਿੱਥੇ ਮਾਲ ਦੇ 5ਵੀਂ ਮੰਜ਼ਲ ਤੇ ਸਥਿਤ ਫੂਡ ਕੋਰਟ ਦੇ ਵਿੱਚ ਅੱਗ ਲੱਗੀ ਹੈ ਲਗਾਤਾਰ ਹੁਣ ਕੋਸ਼ਿਸ਼ਾਂ ਅੱਗ ਬੁਝਾਉਣ ਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਲੋਕਾਂ ਨੂੰ ਵੀ ਬਾਹਰ ਕੱਢਣ ਦੀ ਮਾਲ ਚੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹਾਲਾਂਕਿ ਤਾਂ ਉੱਥੇ ਇੱਕ ਪਾਸੇ ਅੱਗ ਬੁਝਾਊ ਦਸਤੇ ਵੀ ਲਗਾਤਾਰ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਨਾਲੇ ਕੋਲਕਾਤਾ ਦਾ ਮਾਮਲਾ ਸਾਹਮਣੇ ਆਇਆ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਤਾਂ ਗਨੀਮਤ ਹਾਲੇ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਪਰ ਧੂਏ ਦੀ ਲਪਟਾਂ ਜੋ ਵੇਖਣ ਨੂੰ ਮਿਲ ਰਹੀਆਂ ਨੇ ਤੇ ਭਿਆਨਕ ਅੱਗ ਲੱਗ ਗਈ ਹੈ ਫੂਡ ਕੋਰਟ ਦੇ ਵਿੱਚ ਮਾਲ ਦੀ 5ਵੀਂ ਮੰਜ਼ਲ ਤੇ ਸਥਿਤ ਫੂਡ ਕੋਰਟ ਦੇ ਵਿੱਚ ਇਹ ਅੱਗ ਲੱਗੀ ਹੈ ਤੇ ਤਸਵੀਰਾਂ ਰਾਹੀਂ ਵੇਖਿਆ ਜਾ ਸਕਦਾ ਹੈ ਤੇ ਅੱਗ ਬੁਝਾਉਣ ਦਸਤਿਆਂ ਦੇ ਵੱਲੋਂ ਲਗਾਤਾਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੋਲਕਾਤਾ ਦਾ ਇਹ ਮਾਮਲਾ ਹੈ ਹਾਲਾਂਕਿ ਵੱਧਦੀ ਗਰਮੀ ਕਰਕੇ ਵੀ ਕਿਤੇ ਨਾ ਕਿਤੇ ਵੇਖਿਆ ਜਾ ਸਕਦਾ ਹੈ ਕਈ ਸ਼ਹਿਰਾਂ ਤੋਂ ਕਈ ਸੂਬਿਆਂ ਤੋਂ ਇਹ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਪੰਜਾਬ ਦੇ ਵਿੱਚ ਕਈ ਮਾਮਲੇ ਸਾਹਮਣੇ ਆਏ ਦਿੱਲੀ ਤੋਂ ਸਾਹਮਣੇ ਆਏ ਤਾਂ ਹੁਣ ਤਸਵੀਰ ਕੋਲਕਾਤਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਵੱਧਦੀ ਗਰਮੀ ਦੇ ਕਰਕੇ ਤਾਂ ਇੱਕ ਸ਼ਾਰਟ ਸਰਕਟ ਕਰਕੇ ਹਾਲਾਂਕਿ ਇਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਫਿਲਹਾਲ ਇਹ ਕੋਲਕਾਤਾ ਦੀ ਤਸਵੀਰ ਜਿੱਥੇ ਮਾਲ ਦੇ ਵਿੱਚ ਅੱਗ ਲੱਗ ਗਈ